ਸਾਡੇ ਚੈਨਲ ਤੇ ਹੋਰ ਨਵੀਆਂ ਤੇ ਤਾਜ਼ਾ ਨਿਊਜ਼ ਦੇਖਣ ਲਈ ਸਾਡੇ ਸੱਚ ਤੇ ਪੈਰਾ ਟੀਵੀ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਹੀ ਦਿੱਤੇ ਗਏ ਬੈਲ ਆਈਕਨ ਨੂੰ ਦਬਾਓ। ਧੰਨਵਾਦ। ਕਿਸਾਨਾਂ ਨੂੰ ਪਾਣੀ ਦੇ ਡਿੱਗ ਰਹੇ ਸਤਰ ਨੂੰ ਬਚਾਉਣ ਲਈ ਬਦਲਵੀਆਂ ਫਸਲਾਂ ਵੱਲੋਂ ਆਉਣ ਦੀ ਅਪੀਲ। ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਦੇ ਨਾਲ ਨਾਲ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੀ ਪਾਣੀ ਦੇ ਡਿੱਗ ਰਹੀ ਜਲ ਸਤਰ ਨੂੰ ਬਚਾਉਣ ਦੇ ਲਈ ਬਦਲਵੀਆਂ ਫਸਲਾਂ ਵੱਲ ਆਉਣ ਦੇ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਦਹੀ ਬਾਗਵਾਨੀ ਵੱਲੋਂ ਆਉਣ ਲਈ ਲੋੜੀਂਦੀ ਜਾਣਕਾਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਕਿਸਾਨ ਰਵਾਇਤੀ ਫਸਲਾਂ ਛੱਡ ਕੇ ਹੋਰ ਫਸਲਾਂ ਵੱਲ ਆਉਣ ਅਤੇ ਪਾਣੀ ਦੇ ਡਿੱਗਦੇ ਜਾ ਰਹੇ ਸਤਰ ਨੂੰ ਰੋਕਿਆ ਜਾ ਸਕੇ। ਪੇਸ਼ ਹੈ ਵਿਸ਼ੇਸ਼ ਬਾਗਵਾਨੀ ਅਧਿਕਾਰੀ ਦਿਲਪ੍ਰੀਤ ਸਿੰਘ ਦੇ ਨਾਲ ਵਿਸ਼ੇਸ਼ ਗੱਲਬਾਤ। हाँ जी, मैं बतौर बागवानी विकास अफसर समाणा पात्रा दिलप्रीत सिंह मैं काम से बन पा रहा। ये जिहड़ा हैगा एक तो असी जिहड़ियां सेंटर की स्कीम आ कौमी बागवानी मिशन उहदे बारे जिहड़ा सा लिटरेचर लैके आए हुए हैं वो किसानों नूं उहदे बारे दस्सिया जा रहा। लिटरेचर जिहड़ा भी किसान जिहड़ा लोड़वंद लिटरेचर मंगदा उहनूं लिटरेचर दित्ता जांदा उहदियां स्कीमां बारे। जिवें उहदे विच कुंभां दे तीन प्रोजैक्ट ने, वो एक किसान ने पुछिया तां उहनूं दस्सिया गया भी कुंभां दी इह सबसिडी है। तो इस तो अलावा जी जनरल स्कीम का एक पैंपलेट है साढ़े को, जनरल स्कीम भी ने महकमे दियाँ आम वो बारे भी दसया जाता, जनरल स्कीम बारे भी दे दिता जाता। तो इस तो अलावा सब्जी किटा साढ़े को, गर्मी सब्जी किटा ने यह असी वाजब रेट से 80 रुपए की सूँ यह मिलती है जलंधर तो, असी 80 रुपए की पहुँच दी पूरे मतलब दें किसान इस 10 तरह दब्जियां गर्मी रुकती है तो तीन मरले जगह से लगती है। घरेलू बगीची में ਪ੍ਰਫੁੱਲਤ ਕਰਨ ਲਈ ਵੀ ਘਰ ਦੇ ਵਿੱਚ ਲੋਕ ਸਬਜ਼ੀ ਲਾਉਣ, ਇਸ ਨੂੰ ਪ੍ਰਫੁੱਲਤ ਕਰਨ ਲਈ ਹੈ। ਸਾਡੇ ਵੱਲੋਂ ਤਾਂ ਕੌਮੀ ਬਾਗਵਾਨੀ ਮਿਸ਼ਨ ਵੱਲੋਂ ਸਬਸਿਡੀ ਹੈ ਜੀ, ਉਹ ਦਿੱਤੀ ਜਾਂਦੀ ਆ ਅਤੇ ਉਹਦੇ ਵੱਲੋਂ ਸਬਸਿਡੀ ਦਿੱਤੀ ਜਾਂਦੀ ਹੈ ਜਿਹੜਾ ਵੀ ਕਿਸਾਨ ਸਾਡੇ ਤੱਕ ਬਾਕੀ ਜਿਹੜੇ ਫਾਰਮ ਭਰਦੇ ਨੇ। ਹਾਂਜੀ, ਇੱਕ ਜਿਵੇਂ ਲੱਗਦਾ ਪਾਣੀ ਦਾ ਜਿਹੜਾ ਭੂਮੀ ਰੱਖਿਆ ਵਿਭਾਗ ਮਹਿਕਮਾ ਹੈਗਾ ਜੀ, ਉਹ ਜਿਵੇਂ ਲੇਜ਼ਰ ਕਰਾਹੇ ਨਾਲ ਅੱਜ ਕੱਲ੍ਹ ਚੱਲ ਰਿਹਾ, ਉਹ ਕਿਸਾਨ ਵੈਸੇ ਆਪ ਹੀ ਸਿਆਣੇ ਹੋ ਗਏ ਆ, ਉਹ ਲਾ ਕੇ ਜਿਵੇਂ ਝੋਨਾ ਲਾਉਂਦੇ ਨੇ ਅਤੇ ਸਾਡੇ ਵੱਲੋਂ ਤਾਂ ਕਿਹਾ ਜਾਂਦਾ ਵੀ ਜਿਹੜਾ ਬਾਗ ਦੇ ਸਬਜ਼ੀਆਂ ਲਾਓ। ਬਾਕੀ ਹੋਰ ਵੀ ਜਿਹੜੇ ਰਵਾਇਤੀ ਜਿਵੇਂ ਭੂਮੀ ਰੱਖਿਆ ਵਿਭਾਗ ਆ ਜਾਂ ਖੇਤੀਬਾੜੀ ਮਹਿਕਮੇ ਵੱਲੋਂ ਵੀ ਲੇਜ਼ਰ ਕਰਾਹੇ ਰਾਹੀਂ ਕਹਿ ਕੇ ਲਾ ਕੇ ਉਹ ਕਿਹਾ ਜਾਂਦਾ, ਤਾਂ ਉਹਦੇ ਨਾਲ ਜਿਹੜਾ ਮਤਲਬ ਪਾਣੀ ਦੀ ਬੱਚਤ ਹੁੰਦੀ ਆ, ਘੱਟ ਪਾਣੀ ਲੱਗਦਾ ਜੀ। ਹਾਂਜੀ, ਸਿੱਧੀ ਬਿਜਾਈ ਵਿੱਚ ਸਾਡੀਆਂ ਵੀ ਡਿਊਟੀਆਂ ਨਾਲ ਲੱਗੀਆਂ ਹੋਈਆਂ ਨੇ ਮਹਿਕਮੇ ਦੀਆਂ, ਅਸੀਂ ਵੀ ਜਾਂਦੇ ਹਾਂ ਅਤੇ ਕਿਸਾਨਾਂ ਨੂੰ ਵੱਧ ਤੋਂ ਵੱਧ ਕਿਹਾ ਜਾ ਰਿਹਾ ਵੀ ਸਿੱਧੀ ਬਿਜਾਈ ਕਰੋ, ਉਹਦੇ ਨਾਲ ਜਿਹੜਾ ਪਾਣੀ ਦੀ ਬੱਚਤ ਵੀ ਹੁੰਦੀ ਆ ਅਤੇ ਬਾਕੀ ਜਿਹੜੀ ਭੂਮੀ ਆ ਜਿਹੜੀ ਉਹ ਬੰਜਰ ਹੋਣ ਤੋਂ ਬਚਦੀ ਹੈ ਜੀ।